ਬਸ ਐ ਜਨਾਬ ਹੁਣ ਜਾ ਰਹੇ ਹਾਂ ਅਸੀਂ ਅੱਗੇ ਦੀਆਂ ਤਿਆਰੀਆਂ ਨੇ। ਘਰ ਸਾਡਾ ਜਨਾਬ ਅਸਾਂ ਲਾ ਕਰ ਛੱਡਿਆ, ਤਾਲੇ ਲਾ ਛੱਡੇ ਤਾਂ ਹੁਣ ਜਾ ਰਹੇ ਹਾਂ। ਚਾਬੀਆਂ ਕੋਲ ਹੀ ਸਤਾ ਜੀ। ਇਹ ਤੱਕੋ ਜੀ ਜੰਗਲ ਨੇ ਸੀਨ, ਜਿਹੜਾ ਤੁਹਾਨੂੰ ਆਖਿਆ ਸੀ ਜੰਗਲ ਦਿਖਾਵਾਂਗੇ, ਆ ਗਏ ਹਾਂ ਜੰਗਲ ਨੇ ਸੈਂਟਰ 'ਚ। ਹੋਏ ਹੋਏ ਹਰ ਪਾਸਾ ਜੰਗਲ ਹੈ, ਇਹਨਾਂ ਤਾਂ ਕੋਈ ਕੰਮ ਹੋਇਆ ਚੜ੍ਹ ਚੜ੍ਹ ਕੇ। ਤੱਕੋ ਜੀ ਫੁੱਲ ਜਿਹਾ ਜਿਹੜਾ ਹੈ ਸਾਰਾ ਤੱਕੋ ਹੈ, ਸ਼ਾਂਤੀ ਫੱਟੇ ਕਿਆ ਇਹ ਬਾਤ ਹੈ ਅੜੰਕੇਲ ਕਸ਼ਮੀਰ ਨੀ। ਇਹ ਦੇਖੋ ਜੀ ਨਿਜ਼ਾਮ, ਵਾਹ ਜੀ ਵਾਹ ਕਿਆ ਬਾਤ ਹੈ। ਇਹ ਤੱਕੋ ਜੀ ਜੰਗਲ ਨੇ ਲਾਸਟ ਪੁਆਇੰਟ 'ਤੇ ਆਏ ਹਾਂ ਅਸੀਂ, ਗਲਤ ਆ ਗਏ ਤੇ ਇੱਥੇ ਤੱਕੋ ਥੱਲੇ ਸਿਰਫ ਔਰ ਸਿਰਫ ਜਿਹੜੇ ਨੇ ਖਾਈ ਹੈ। ਜਨਾਬ ਲੰਮੇ ਪਏ ਨੇ ਪਹਾੜ ਝੜ ਝੜ ਕੇ, ਹੁਣ ਬਸ ਹੋਈ ਨੇ। ਇਹ ਤੱਕੋ ਉੱਪਰ ਹੀ ਤੱਕੋ, ਜੀ ਤੁਹਾਨੂੰ ਹੁਣ ਦਿਖਾਉਂਦੇ ਹਾਂ ਅੜੰਕੇਲ ਪੁੱਜ ਕੇ ਅਸਾਂ ਜਿਹੜੀ ਕੈਂਪਿੰਗ ਕੀਤੀ ਹੈ, ਕੈਂਪ ਲਾ ਲਿਆ ਅਸਾਂ ਇੱਥੇ ਅਤੇ ਨਵੀਦ ਜਨਾਬ ਲੱਗੇ ਆ ਇੱਥੇ ਕੁਕਿੰਗ ਕਰਨ। ਹੁਣ ਬਨਾਸੀ ਕੜਾਈ, ਨਜ਼ਾਰੇ ਚੈੱਕ ਕਰੋ, ਨਜ਼ਾਰੇ ਚੈੱਕ ਕਰੋ ਜੀ ਅੜੰਕੇਲ ਨੇ। ਇਹ ਦੇਖੋ ਜੀ ਜਿਹੜੇ ਕੈਂਪਸ ਇਹਨਾਂ ਨੇ ਗੈਸਟ ਹਾਊਸਿਸ ਨੇ ਤਰਫੋਂ ਹੀ ਇਹਨਾਂ ਆਪਣੇ ਵੀ ਬਣਾਏ ਨੇ, ਇਹਨਾਂ 'ਚ ਵੀ ਰਹਿ ਸਕਦੇ ਹਾਂ। ਇਹ ਦੇਖੋ ਪਹਿਲਾਂ ਇਹ ਨਹੀਂ ਸਾਨੂੰ ਆਉਣਾ ਨਾ, ਕੇਲ ਵਿੱਚ ਇਹ ਵੀ ਸਹੂਲਤ ਹੈ ਵੈ, ਬਹੁਤ ਸੋਹਣਾ ਜੀ ਅੜੰਕੇਲ, ਬੜੀ ਪਿਆਰੀ ਜਗ੍ਹਾ। ਔਰ ਇਨਸ਼ਾਅੱਲਾ ਹੁਣ 2-3 ਦਿਨ ਅਸੀਂ ਇੱਥੇ ਹੀ ਹਾਂ, ਇੱਕ ਦਿਨ ਤਾਓ ਬਾਟ ਗੁਜ਼ਾਰਾ ਹਾਂ, ਇੱਕ ਦਿਨ ਸ਼ਾਰਦਾ ਵਿੱਚ, ਅਤੇ ਹੁਣ 2-3 ਦਿਨ ਇੱਥੇ ਹੀ ਹਾਂ ਅੜੰਕੇਲ 'ਚ ਹੀ ਰਹਿ ਸਾਂ, ਕਿਉਂਕਿ ਬੜੀ ਮੁਸ਼ਕਲ ਨਾਲ 2.5 ਘੰਟੇ ਲਗਾਤਾਰ ਉਹ ਪਹਾੜ ਚੜ੍ਹ ਕੇ ਆਏ ਹਾਂ। ਅਤੇ ਇਸ ਵਾਸਤੇ ਦੇਖੋ ਸਾਨੂੰ ਵੀ ਕੈਂਪ ਲੱਗੇ ਹੈ, ਲੰਚ ਵਗੈਰਾ ਕਰਕੇ ਨਾ ਫਿਰ ਨਿਕਲ ਕੇ ਸਾਰਾ ਤੁਹਾਨੂੰ ਹੈ ਇੱਧਰ ਵੀ ਜਾ ਕੇ। ਫਿਰ ਇੱਧਰ ਇੱਕ ਜੰਗਲ ਹੈ ਬੜਾ ਨਾਇਸ, ਉਹ ਵੀ ਦਿਖਾਉਂਦੇ ਹਾਂ, ਇਸ ਪਹਾੜ ਨੇ ਕੋਲ ਜਾ ਕੇ ਦਿਖਾਉਂਦੇ ਹਾਂ, ਸਾਰੇ ਸੀਨਸ ਦਿਖਾਉਂਦੇ ਹਾਂ ਤੁਹਾਨੂੰ।
ਵਾਹ ਜੀ ਵਾਹ। ਅੱਜ ਚਿਕਨ ਕੜਾਹੀ ਲਿਆ ਬਣਾਉਣ, ਲੰਚ ਲਿਆ ਜੀ ਹੁਣ। ਪਰੀਜ਼ਾਦ ਸੋਹਣੀ ਜੀ ਕੜਾਹੀ ਬਣਾਈ ਹੈ, ਕੜਾਹੀ ਗੋਸ਼ਤ ਬਣਾਇਆ ਸਾਜ, ਅਤੇ ਇਹ ਲੰਚ ਜਿਹੜਾ ਸਾਡਾ ਅੜੰਕੇਲ ਵਿੱਚ ਹੋ ਰਿਹਾ ਜੀ। ਦੇਖੋ ਜੀ ਅੜੰਕੇਲ ਦੇ ਨਜ਼ਾਰੇ, ਜਾਨਵਰ ਤੱਕੋ ਕਿਸ ਤਰ੍ਹਾਂ ਇੱਥੇ ਚੁਗਨੇ ਪਏ। ਸ਼ੁਕਰ ਕੀਤਾ ਹੁਣ ਸੋਹਣੀ ਜੀ ਕੋਈ ਧੁੱਪ ਨਿਕਲੀ ਹੈ। ਮਸਜਿਦ ਦੇਖੋ ਕਿਤਨੀ ਪਿਆਰੀ ਹੈ। ਬਾਕੀ ਔਰ ਮਜ਼ੀਦ ਵਿਊਜ਼ ਵੀ ਦੱਸਣੇ ਆ। ਇਸ ਤੋਂ ਹੀ ਕਾਫੀ ਅੱਛੇ ਅੱਛੇ ਸੀਨਸ ਹੋ ਰਹੇ ਨੇ ਇੱਥੇ, ਬੜਾ ਹੀ ਪਿਆਰਾ ਇਲਾਕਾ। ਅਸਾਂ ਨਾ ਕੈਂਪ ਜਿਹੜਾ ਆ ਉਹ ਉੱਥੇ ਉੱਪਰ ਲੱਗੇ ਆ, ਬੜਾ ਸੋਹਣਾ ਗਰਾਊਂਡ ਹੈ ਇਹਦਾ। ਅੱਛਾ ਉਹ ਹੈ ਜੀ ਅਸਾਂ ਨਾ ਕੈਂਪ ਲੱਗੇ ਆ। ਵਾਹ ਜੀ ਵਾਹ, ਬੱਕਰਾ ਤਾਂ ਕੋਈ ਉਹ ਬੱਕਰਾ ਟੱਕਰ ਮਾਰ ਕੇ ਬੰਦਾ ਮਾਰ ਛੱਡਦਾ। ਹਾਂ ਟੱਕਰ ਮਾਰਿਆ ਤਾਂ ਬੰਦਾ ਗਿਆ। ਬੜਾ ਹੀ ਨਾ ਨਾਈਸ ਜਿਹਾ ਜਿਹੜਾ ਨਾ ਇਹ ਵਿਊਜ਼ ਹਨ ਸਾਰੇ। ਦੇਖੋ ਜੀ ਫੁੱਲ ਜਿਹਾ ਜਿਹੜਾ ਹੈ ਸਾਰਾ, ਦੇਖੋ ਸ਼ੰਤੀ ਫੱਟੇ ਕਿਆ ਇਹ ਬਾਤ ਹੈ ਅੜੰਕੇਲ ਕਸ਼ਮੀਰ ਨੀ। ਵਾਹ ਜੀ ਵਾਹ, ਜਰਾ ਪਤਾ ਕੋ ਨਹੀਂ ਕਿ ਬਣਾਉਂਦੇ ਪਏ, ਕਿਆ ਨਜ਼ਾਰੇ ਨੇ। ਜਿੱਧਰ ਜਾਓ ਅੱਲਾ ਨੀ ਕੁਦਰਤ ਹੀ ਕੁਦਰਤ ਹੈ, ਖੂਬਸੂਰਤੀ ਖੂਬਸੂਰਤੀ ਹੈ ਮਾਸ਼ਾ ਅੱਲਾ। ਇਹ ਸ਼ਾਮ ਨਾ ਵਿਊ ਤੱਕੋ ਜੀ ਅੜੰਕੇਲ ਨਾ, ਇਹ ਅਸਾਂ ਨਾ ਕੈਂਪ ਲੱਗੇ ਆ ਜੀ। ਨਜ਼ਾਰੇ ਤੱਕੋ ਜੀ ਸ਼ਾਮ ਨੇ ਠੰਡੇ ਠੰਡੇ, ਹੋਏ 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 ਹੋਏ। ਅਸਾਂ ਨੇ ਇਲਾਕੇ 'ਚ ਗਰਮੀ ਪੈ ਰਹੀ ਹੈ, ਟੈਂਪਰੇਚਰ 42-43 ਚੱਲ ਰਿਹਾ, ਅਤੇ ਇੱਧਰ ਜਨਾਬ ਮੇਰੀ 7-8-10 ਚੱਲ ਰਿਹਾ। ਠੰਡਕਾਂ ਠੰਡਕਾਂ ਹੈ ਤਾਂ ਕੋ ਕਿੱਡੇ ਨਾਈਸ ਕੈਂਪ ਬਣੇ ਪੂਰੇ ਸਿਸਟਮ ਹੁਣ ਬਣਾ ਦਿੱਤੇ ਨੇ ਅੜੰਕੇਲ 'ਚ। ਸਰਦੀ ਹੋ ਗਈ ਹੈ ਜੀ ਬੜੀ, ਇਸ ਟਾਈਮ ਬਰਫ਼ ਬਰਫ਼ ਪਹਾੜਾਂ ਦਾ ਤਾਂ ਪਈ ਹੈ, ਅਤੇ ਬਾਰਿਸ਼ ਕਿਸ ਟਾਈਮ ਹੋ ਜਾਵੇ ਕੋਈ ਪਤਾ ਨਹੀਂ। ਇੱਥੇ ਅੱਗੇ ਜਿਹੜਾ ਅਸੀਂ ਹਾਈਕਿੰਗ ਕਰਨੇ ਸਾਂ ਪਏ ਇੱਥੇ ਆਏ ਅੜੰਕੇਲ 'ਤੇ, ਤਾਂ ਬੜੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਸੀ। ਹੁਣ ਤੱਕ ਉਹ ਰਾਤੀ ਹੋਣੀ ਹੈ ਕਿ ਨਹੀਂ, ਅਗਰ ਰਾਤੀ ਬਾਰਿਸ਼ ਜ਼ਿਆਦਾ ਹੋ ਗਈ ਕਸਮ।
अच्छा इतनी की ठंड लग गई है कि हम ना इतने तंदूर तो अग सेकने वास्ते बह गए हैं। हो किचन में आ गए इतने गैसट हाउस ने अग शक सेकी है, बड़ी ठंड हो। देखो जी कैंप ने निजाम सुते है, ठंड बड़ी है जी, लम निकल गया बड़ी जात सारे। हाँ जी क्या सूरत हाल है, ठंड है ठंड है, लात दिल गया मैं, नींद आ गई हूँ समी है। सुबह जड़ी आना केल नहीं असल लुक होनी है ना, वो तो उन्हें दिखाएंगे एंड लुक है जड़ी। अस्सलाम वालेकुम जी, सुबह सुबह जी तक को पाँच ना टाइम है, सुबह सुबह ने खामोशी और सुकून और नज़ारे खूबसूरती अड़ंकेल च जी पहला नाश्ता है, चाह बन रही है परिजाद बनाए जनाब उबले हुए चावल ते विच पाया गोश्त। बच्चे स्कूल जा रहे हैं सुबह सुबह, सारा पहाड़ ढल के जड़ा सी चढ़ के ऐसे जनाब जाएंगे थले केल, फिर छोटी टाइम चढ़ के आवेंगे डेली ना, नहीं यही रूटीन है। छोड़ दे अजे जी उबले बस है जनाब, हूं जा रहे हैं असं अगर तैयारियां उत्थे असं रोल शोल करने जाके कासम साहब इंशाल्लाह माशाल्लाह फ्रेश हो गए हैं जी जी। घर साडा जनाब असा लाक कर छे, ताले ला छे, हम जा रहे हैं। चाबियां कोल जी, जनाब तैयारी है कैसे सीन जी। इधर से लुक देखें जी अड़ंकेल की, वाह क्या सीन है क्या नजारे हैं जी। और इधर सारा है ग्राउंड है, मैदानी इलाका है, जंगल है, ये पहाड़ ने अपर ने सारे सीन है पहाड़। देखो जी इतना सोहना जंगल किधर होना वे तको, साढ़े उस एरिए ने भी जंगल तको ते भी देखो, ओए होए होए क्या सीन है। तो आज ऐसा ना दिल है इधर किधर कैंपिंग करिए, वो जड़ा ना अड़ंकेल ज़्यादा हूँ हो गया बादी वाला, गेस्ट हाउसेस ज़्यादा, और इस तरफ जो है ना ये अभी पुरसकून इलाका है, ठंडिया ठंडिया हवावान ठंडे ठंडे नज़ारे। परिजात भी आ गया पहाड़ा च, आ गया पहाड़ा च, पंजाब छोड़ देता आना मैनु इधर ही छोड़ जाओ, एडा सुकून। सीन चेक करो जी कितने दूर जंगल च निकल आए हैं, अड़ंकेल ना जड़ा वो आबादी वाला हिस्सा है, गेस्ट हाउसेस वो इतों नज़र नहीं आ रहे,
ਉਸ ਪਹਾੜੀ ਨਾਲ ਪਿੱਛੇ ਰਹਿ ਗਏ ਤੇ ਜਨਾਬ ਟੱਕੀਆਂ ਝੋਟੀਆਂ ਛੋਟੀਆਂ ਮੋਟੀਆਂ ਸਾਰੀਆਂ ਕ੍ਰਾਸ ਕਰਨੇ ਕਰਨੇ ਆ, ਇੱਥੋਂ ਟੱਲ ਗਿਆ ਫਿਰ ਇਹ ਚੜ੍ਹ ਗਿਆ ਜਨਾਬ ਮੇਰੀ ਇਹ ਤੱਕੋ ਸੀਨ ਉਹ ਹੀ ਹੋਇਆ ਜਿਹੜਾ ਡੰਕੀ ਵਾਲਿਆਂ ਨਾਲ ਨਹੀਂ ਹੋਇਆ ਉਹਨਾਂ ਤੇ ਇਹ ਕੋਈ ਮਾਕੋ ਪਹਾੜੀ ਹੈ ਜਿਹੜੀ ਪਾਰ ਕਰਨੀ ਹੈ ਸਾਹਮਣੇ ਵਾਲੀ ਕਸਮ ਹੈ ਸੀਨ ਬੜਾ ਕੋਈ ਨਾ ਖਰਾਬ ਹੋਇਆ ਚੜ੍ਹ ਚੜ੍ਹ ਕੇ ਢਲ ਢਲ ਕੇ ਥੱਕ ਗਏ ਹਾਂ ਹੋਏ 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 ਉਹ ਵਾਕੀ ਨੀਦੇ ਕਹਾਂ ਵਿਆ ਤੇ ਉਹਨਾਂ ਦੀ ਦਰਾਂ ਨਾ ਸੀ ਆਣਾ ਇਹ ਤੱਕੋ ਜੇ ਜੰਗਲ ਨੇ ਸੀਨ ਜਿਹੜਾ ਤੁਹਾਨੂੰ ਆਖਿਆ ਸੀ ਜੰਗਲ ਦਿਖਾਵਾਂਗੇ ਆ ਗਏ ਹਾਂ ਜੰਗਲ ਨੇ ਸੈਂਟਰ 'ਚ ਹੋਏ ਹੋਏ ਹਰ ਪਾਸਾ ਜੰਗਲ ਹੈ ਇਹਨਾਂ ਤਾਂ ਕੋਈ ਕੰਮ ਹੋਇਆ ਚੜ੍ਹ ਚੜ੍ਹ ਕੇ ਆ ਜਾਓ ਜੀ ਇਹ ਤੱਕੋ ਜੀ ਜੰਗਲ ਨੇ ਲਾਸਟ ਪੁਆਇੰਟ 'ਤੇ ਆਏ ਹਾਂ ਅਸੀਂ ਗਲਤ ਆ ਗਏ ਅਤੇ ਇੱਥੇ ਤੱਕੋ ਥੱਲੇ ਸਿਰਫ ਔਰ ਸਿਰਫ ਜਿਹੜਾ ਨਾ ਖਾਈ ਹੈ ਹੋਰ ਕੁਝ ਨਹੀਂ ਤਾਂ ਪਹਾੜ ਸਾਹਮਣੇ ਇਹ ਚੈੱਕ ਕਰੋ ਜੀ ਲੱਕੜ ਇਹ ਜਿਹੜੀ ਨਾ ਕੱਟ ਕੇ ਜਨਾਬ ਮੇਰੀ ਬਣਾਈ ਹੈ ਵਾਹ ਦੇਖੋ ਬੜੀ ਤਗੜੀ ਲੱਕੜ ਹੈ ਔਰ ਕੈਸੀ ਕਟਿੰਗ ਕੀਤੀ ਇਹਨੇ ਇੱਥੇ ਇਹ ਸੀਨ ਚੈੱਕ ਕਰੋ ਜੀ ਪਾਣੀ ਆ ਰਿਹਾ ਪਹਾੜਾਂ ਤੋਂ ਅਸੀਂ ਵੀ ਆ ਰਹੇ ਹਾਂ ਪਹਾੜਾਂ ਤੋਂ ਆ ਜਾਓ ਹੁਣ ਜਿਹੜਾ ਨਾ ਇਹ ਪਹਾੜ ਰਹਿ ਗਿਆ ਜੀ ਚੜ੍ਹਨੇ ਜਗ੍ਹਾ ਆ ਜਿਹੜਾ ਕੇਰ ਕੇ ਸਾਰਾ ਐਕਸਪਲੋਰ ਕਰਨਾ ਇਹ ਦੇਖੋ ਜਵਾਨ ਰੈਸਟ ਕਰ ਰਿਹਾ ਹੈ ਕਿੱਡਾ ਕੱਢਿਆ ਤੁਸੀਂ ਕੋਈ ਸੁਣ ਨਾ ਟੇਢੀ ਨਹੀਂ ਫੇਰ ਵੀ ਮੱਠਾ ਮੱਠਾ ਚੜ੍ਹ ਹੀ ਆਉਣਾ ਪਹਾੜ ਸਾਰਾ ਪਹਾੜਾਂ ਗੱਲਾਂ ਕਰਨੀਆਂ ਪਹਾੜਾਂ ਨਾਲ ਗੱਲਾਂ ਕਰਨੀਆਂ ਪਹਾੜਾਂ ਜਣਾ ਮੇਰੀ ਮੱਤ ਮਾਰ ਛੜੀ ਹੈ ਓਹੋ ਇਹ ਜਨਾਬ ਲੰਮੇ ਪਏ ਨੇ ਪਹਾੜ ਚੜ੍ਹ ਚੜ੍ਹ ਕੇ ਹੁਣ ਬਸ ਹੋਈ ਨੇ ਇਹ ਤੱਕੋ ਉੱਪਰ ਹੀ ਤੱਕੋ ਕਦੇ ਸਰੋਲ ਕਰਨਾ ਜੇ ਪਰੀ ਜ਼ਿਆਦਾ ਲੱਗ ਗਿਆ ਤਾਂ ਹੁਣ ਲੰਮਾ ਪੈ ਰਿਹਾ ਇਹ ਨੇ ਲੰਮੇ ਪਏ ਸਾਰੇ ਜਨਾਬ ਤੱਕੋ ਬਰਫਾਂ ਇਹ ਬੰਦਾ ਜੀ ਪਛਾਣ ਲਓ ਇੱਥੇ ਜੀ ਇਹ ਜਿਹੜਾ ਬਰਫਾਂ ਵਗੈਰਾ ਪੈ ਜਾਣੀਆਂ ਸਰਦੀਆਂ 'ਚ ਆਪਣਾ ਸਮਾਨ ਵਗੈਰਾ ਹੈ ਜੋ ਫਸਲ ਵਗੈਰਾ ਜਿਹੜੀ ਹੁੰਦੀ ਹੈ ਇੱਥੇ ਥੱਲੇ ਰੱਖਣੇ ਸਟਾਕ ਕਰਨੇ ਨੇ ਸਨੇਪਰ ਵੀ ਰੱਖ ਲੈਣੇ ਨੇ ਇਹ ਤਾਂ ਬਣਾਏ ਹੁੰਦੇ ਨੇ ਜੀ ਨਾ ਉੱਪਰ ਅਸੀਂ ਆਏ ਹਾਂ ਨੀਚੇ ਜਿਤਨੀ ਆਬਾਦੀ ਹੈ ਪਹਾੜੀਆਂ ਦਾ ਅਸੀਂ ਇਹ ਉੱਪਰਲੇ ਪਹਾੜ 'ਤੇ ਵਾਂ ਇਹ ਅਸੀਂ ਜੀ ਕਸ਼ਮੀਰ ਨਾ ਅੜੰਕੇਲ ਨਾ ਹੁਣ ਬੈਕ ਸਾਈਡ ਲਾਸਟ ਵਿਊ ਤਾਂ ਹੁਣ ਇੱਥੋਂ ਵਾਪਸੀ ਹੈ